ਬਰਗਾੜੀ ਬੇਅਦਬੀ ਕਾਂਡ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਾਮਜ਼ਦ ਪੰਜ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਇੱਕ ਸਾਬਕਾ ਅਕਾਲੀ ਵਿਧਾਇਕ ਦੀ ਅੱਜ ਜ਼ਿਲ੍ਹਾ ਤੇ ਸੈਸ਼ਨ ਕੋਰਟ ਫਰੀਦਕੋਟ 'ਚ ਪੇਸ਼ੀ ਹੋਈ, ਜਿਸ ਤੋਂ ਬਾਅਦ ਅਦਾਲਤ ਵੱਲੋਂ 13 ਦਸੰਬਰ ਅਗਲੀ ਤਰੀਕ ਨਿਰਧਾਰਿਤ ਕੀਤੀ ਗਈ ਹੈ। ਅੱਜ ਜਿਹੜੀ ਲਾਸਟ ਡੇਟ ਤੋਂ ਅੱਜ ਦੀ ਚਾਰਜ ਤੇ ਹੀਅਰਿੰਗ ਸੀਗੀ, ਜਿਹੜੇ ਦੋਸ਼ ਪੱਤਰ ਤੈਅ ਕਰਨੇ ਸੀ, ਪਰ ਇਹਦਾ ਮੇਨ ਟਾਈਮ ਪੁਲਿਸ ਨੇ ਇੱਕ ਸਪਲੀਮੈਂਟਰੀ ਚਲਾਣ ਦਿੱਤਾ ਅਦਾਲਤ ਦੇ ਵਿੱਚ। ਉਹਦੀਆਂ ਫਿਰ ਅੱਜ ਮੈਂਡੇਟਰੀ ਲੀਗਲੀ ਹੈ ਵੀ ਉਹਦੀਆਂ ਕਾਪੀਆਂ ਸਪਲਾਈ ਕਰਨੀਆਂ ਸੀ ਸਾਨੂੰ, ਅੱਜ ਸਾਰੇ ਮੁਲਜ਼ਮਾਂ ਨੂੰ ਕਾਪੀਆਂ ਸਪਲਾਈ ਕਰਤੀਆਂ ਸਿੱਟ ਨੇ। ਉਹਦਾ ਹੁਣ ਨੈਕਸਟ ਡੇਟ 13-12 ਪੈ ਗਈ ਹੈ, ਹੁਣ ਉਹ ਕਾਪੀਆਂ ਦੀ ਅਸੀਂ ਸਕਰੂਟਨੀ ਕਰਾਂਗੇ। ਉਸ ਤੋਂ ਬਾਅਦ ਫਿਰ ਉਹਦੇ ਚਲਾਣ ਦੇ ਬਾਰੇ ਵਿਚਾਰ ਹੋਊਗਾ, ਇੱਕ ਉਹਦਾ ਰਿਪਲਾਈ ਦੇਵਾਂਗੇ ਅਸੀਂ ਵੀ ਚਲਾਣ ਪੇਸ਼ ਕਰ ਸਕਦੇ ਕਿ ਨਹੀਂ ਕਰ ਸਕਦੇ। ਅੱਜ ਜੋ ਨਾਮਜ਼ਦ ਵਿਅਕਤੀ ਜੋ ਸਾਰੇ ਹਾਜ਼ਰ ਹੋਏ, ਸਾਰੇ ਹਾਜ਼ਰ ਸੀਗੇ ਜੀ, ਤੇ ਅਗਲੀ ਤੁਹਾਡੀ ਕੀ ਸਟ੍ਰੈਟੇਜੀ ਹੋਏਗੀ? ਅਸੀਂ ਤਾਂ ਹੁਣ ਇਹ ਚਲਾਨ ਨੂੰ ਗੋ ਥਰੂ ਹੁੰਦੇ ਹਾਂ ਜੀ, ਚਲਾਨ ਦੇ ਮਤਲਬ ਦੇਖ ਕੇ ਉਹਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਕਰਾਂਗੇ ਵੀ ਚਲਾਨ ਸਪਲੀਮੈਂਟਰੀ ਚਲਾਨ 'ਚ ਕੀ ਦਿੱਤਾ, ਵੀ ਲੀਗਲੀ ਦੇ ਸਕਦੀ ਹੈ ਪੁਲਿਸ ਕਿ ਨਹੀਂ ਦੇ ਸਕਦੀ, ਇਹਦੇ ਗੋ ਥਰੂ ਹੋ ਕੇ ਲੀਗਲੀ ਦੇਖ ਕੇ ਫਿਰ ਅਗਲੀ ਵਿਚਾਰ ਕਰਾਂਗੇ 13 ਤਰੀਕ ਤੱਕ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।